ਸਾਰੀਆਂ ਮੇਰੀਆਂ ਭੈਣਾਂ ਨੂੰ ਧੀਆਂ ਦੀਆਂ ਬਹੁਤ ਬਹੁਤ ਸਾਉਣ ਦੇ ਮਹੀਨੇ ਦੀਆਂ ਬਹੁਤ ਬਹੁਤ ਮੁਬਾਰਕਾਂ। ਬਸ ਇਹੀ ਕਹਿਣਾ ਚਾਹੂੰਗੀ ਕਿ ਜਿਹੜਾ ਸਾਉਣ ਦਾ ਮਹੀਨਾ ਇਹਦੀ ਰਮਸ ਬਹੁਤ ਗੁੱਝੀ ਆ, ਹੈ ਨਾ। ਇੱਕ ਗੀਤ ਸੰਗੀਤ ਦੇ ਨਾਲ ਨਾਲ ਇੱਕ ਇਹ ਮੈਡੀਟੇਸ਼ਨ ਵੀ ਆ ਤੀਆਂ ਦੇ ਤਿਉਹਾਰ ਦੀ। ਮੈਂ ਅੰਦਰ ਜਾ ਕੇ ਦੱਸੂ ਵੀ ਤੀਆਂ ਕਿਹਾ ਕਿਹਨੂੰ ਜਾਂਦਾ। ਇੱਕ ਮੈਡੀਟੇਸ਼ਨ ਨੂੰ ਕਿਹਾ, ਇਲਾਜ ਨੂੰ ਵੀ ਤੀਆਂ ਕਿਹਾ ਗਿਆ। ਜਦੋਂ ਸਹੁਰਿਆਂ ਤੋਂ ਕੁੜੀਆਂ ਜਾਂਦੀਆਂ ਸੀ ਉਹ ਫਿਜ਼ੀਕਲੀ ਮੈਂਟਲੀ ਪ੍ਰਪੇਅਰ ਹੋ ਕੇ ਜਾਂਦੀਆਂ ਸੀ, ਹੈ ਨਾ, ਅਤੇ ਆਪਦਾ ਅੱਗੋਂ ਭਗਵਾਨ ਕਿੱਦਾਂ ਨੱਚ ਕੁੱਦ ਕੇ ਕੱਢਦੀਆਂ ਸੀ। ਅਤੇ ਮੈਂ ਕਹਾਂਗੀ ਕਿ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਜੋ ਸਾਡੇ ਵਿਰਸੇ ਨੂੰ ਯਾਦ ਰੱਖਦੇ ਨੇ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਦੱਸਦੇ ਨੇ ਕਿ ਵੀ ਆਹ ਸਾਡੇ ਵਿਰਸੇ ਦੇ ਤਿਉਹਾਰ ਨੇ। ਮੈਨੂੰ ਤਾਂ ਨਹੀਂ ਲੱਗਦਾ, ਮੈਨੂੰ ਲੱਗਦਾ ਵੀ ਦੁਬਾਰਾ ਆਪਾਂ ਵਿਰਸੇ ਵੱਲ ਮੁੜ ਰਹੇ ਹਾਂ। ਅੱਜ ਤੋਂ ਦੋ ਤਿੰਨ ਸਾਲ ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ, 4 ਸਾਲ ਪਹਿਲਾਂ, ਵੀ ਆਪਣਾ ਵਿਰਸਾ ਬਹੁਤ ਪਿੱਛੇ ਰਹਿ ਗਿਆ, ਹੈ ਨਾ, ਵੀ ਸਾਨੂੰ ਕਿਤਾਬਾਂ ਰਾਹੀਂ ਜਾਂ ਕੋਈ ਫਿਲਮ ਬਣਾਉਣੀ ਪਿਆ ਕਰੂਗੀ। ਪਰ ਹੁਣ ਜਿਸ ਹਿਸਾਬ ਨਾਲ ਸ਼ਹਿਰ ਸ਼ਹਿਰ ਪਿੰਡ ਪਿੰਡ ਤੀਆਂ ਹੋ ਰਹੀਆਂ ਨੇ, ਉੱਥੇ ਪੰਜਾਬੀ ਕਲਚਰ ਬਾਰੇ ਦੱਸਿਆ ਜਾ ਰਿਹਾ, ਸਾਡੇ ਤਿਉਹਾਰਾਂ ਬਾਰੇ ਦੱਸਿਆ ਜਾ ਰਿਹਾ, ਅਤੇ ਮੈਨੂੰ ਐਂ ਲੱਗਦਾ ਵੀ ਆਪਾਂ ਮੁੜ ਪਏ। ਜਿਨ੍ਹਾਂ ਨੇ ਮੁੜਨਾ ਉਹ ਮੁੜ ਪਏ, ਜਿਨ੍ਹਾਂ ਨੇ ਨਹੀਂ ਮੁੜਨਾ ਉਹਨਾਂ ਨੂੰ ਭਾਵੇਂ ਜਿੱਥੇ ਵਿੱਚ ਗੜ੍ਹ ਦੇ ਲਿਜਾ ਕੇ ਖੜਾ ਦਿਓ, ਉਹਨਾਂ ਨੇ ਨਹੀਂ ਮੁੜਨਾ। ਸਾਉਣ ਮਹੀਨਾ ਕਲਰਾਂ ਦੇ ਵਿੱਚ ਕੁੜੀਆਂ ਤੀਆਂ ਲਾਈਆਂ, ਸਾਉਣ ਮਹੀਨਾ ਕਲਰਾਂ ਦੇ ਵਿੱਚ ਕੁੜੀਆਂ ਤੀਆਂ ਲਾਈਆਂ, ਮੇਰੇ ਵਰਗੀਆਂ ਸਾਜਦੇ ਆਈਆਂ ਨੱਚਣ ਟੱਪਣ ਆਈਆਂ, ਉਹ ਕੋਈ ਤੇਸਨ ਗੇਰਾ ਤੁਰਿਆ ਆਉਂਦਾ ਚੋਲਾ ਫੜ ਕੇ ਨਿਗਿੱਧਾ ਨਿਗਿੱਧਾ ਚੱਕ ਲੋ ਹਾਰ ਦਿਓ ਰਾਹੀ ਵੇਖੇ ਨੀ ਖੜ ਖੜ ਕੇ। ਮੈਂ ਸੁਖਜੀਤ ਕੌਰ ਸੁਖੀ, ਅੱਜ ਬਰਨਾਲੇ ਦੇ ਵਿੱਚ ਅਸੀਂ ਹਰ ਸਾਲ ਦੀ ਤਰ੍ਹਾਂ ਤੀਆਂ ਲਗਾਈਆਂ ਨੇ, ਅਤੇ ਕਿਉਂਕਿ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਜਾਂ ਆਪਦੇ ਪਰਸਨਲ, ਜਿਵੇਂ ਅਸੀਂ ਸਾਰੀਆਂ ਸਹੇਲੀਆਂ ਇਕੱਠੀਆਂ ਹੋ ਕੇ, ਕੁੜੀਆਂ ਆਪਦੇ ਪੇਕੇ ਆਉਂਦੀਆਂ ਨੇ ਤੀਜ 'ਤੇ, ਅਤੇ ਉਹ ਅੱਜ ਅਸੀਂ ਆਪਦਾ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਰੱਖਦੇ ਹਾਂ, ਅਸੀਂ ਅੱਜ ਵੀ ਤੀਆਂ ਮਨਾਈਆਂ ਨੇ। ਅਤੇ ਮੈਂ ਸਭ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ, ਕਿਉਂਕਿ ਜਿਹੜੀ ਨਿਊ ਨਵੀਂ ਪੀੜ੍ਹੀ ਆ ਉਹਨੂੰ ਇਹ ਮੈਸੇਜ ਆ ਸਾਡੇ ਵੱਲੋਂ ਵੀ ਜਦੋਂ ਅਸੀਂ ਅੱਜ ਤੀਆਂ ਮਨਾਵਾਂਗੇ ਸਾਨੂੰ ਵੇਖ ਕੇ ਉਹ ਵੀ ਮਨਾਉਣਗੇ। ਇਹ ਸਾਡਾ ਸੱਭਿਆਚਾਰ ਪ੍ਰੋਗਰਾਮ ਹੈ, ਇਹ ਅਲੋਪ ਹੋ ਰਿਹਾ ਸੀਗਾ, ਅਤੇ ਸਾਨੂੰ ਇਹ ਹੈ ਵੀ ਇਹਨੂੰ ਅਸੀਂ ਇਵੇਂ ਆਪਦਾ ਜਾਰੀ ਰੱਖੀਏ। ਅਤੇ ਸਾਡੇ ਅੱਜ ਵਿਸ਼ੇਸ਼ ਤੌਰ 'ਤੇ ਸਾਡੇ ਸਿਮਰ ਭੈਣ ਜੀ ਆਏ ਨੇ, ਅਤੇ ਪਾਰਟੀ ਤੋਂ ਮਤਲਬ ਕਿ ਉੱਪਰ ਉੱਠ ਕੇ, ਇਹਦੇ ਵਿੱਚ ਕੋਈ ਪਾਰਟੀ ਦਾ ਨਹੀਂ ਗਾ, ਕੋਈ ਕਿਸੇ ਦਾ ਕੋਈ ਉਹ ਨਹੀਂ, ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਅਸੀਂ ਆਪਸ ਵਿੱਚ ਇੱਕ ਭਰਪਣ ਤੌਰ 'ਤੇ ਅੱਜ ਤੀਆਂ ਦਾ ਤੀਜ ਦਾ ਤਿਉਹਾਰ ਮਨਾਇਆ। ਬਹੁਤ ਵਧੀਆ ਤੀਜ ਦੀਆਂ ਉੱਥੇ ਚਰਖੇ ਕੱਤੇ ਨੇ, ਪੀਂਘਾਂ ਪਾਈਆਂ ਨੇ, ਅਤੇ ਗਿੱਧਾ ਪਾਇਆ ਗਾ, ਬੋਲੀਆਂ ਪਾਈਆਂ ਨੇ, ਜਿਹੜੀਆਂ ਸਾਡੇ ਵਿਰਸੇ 'ਚੋਂ ਅਲੋਪ ਹੋ ਰਹੀਆਂ ਨੇ ਬੋਲੀਆਂ, ਉਹ ਸਾਰੀਆਂ ਅੱਜ ਅਸੀਂ ਪੁਰਾਣੀਆਂ ਬੀਬੀਆਂ ਸਾਰੀਆਂ ਸੱਦ ਕੇ ਅਸੀਂ ਖੁਦ ਨੇ ਉਹ ਬੋਲੀਆਂ ਪਾ ਕੇ ਤੀਜ ਦਾ ਤਿਉਹਾਰ ਵਧੀਆ ਮਨਾਇਆ। ਪਹਿਲਾਂ ਤਾਂ ਵੀਰੇ ਬਰਨਾਲੇ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਮੇਰੀਆਂ ਭੈਣਾਂ ਨੂੰ ਸਾਰੀਆਂ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ, ਸੁਖੀ ਭੈਣ ਜੀ ਉਹਨੀ ਸਾਰੇ ਖੜੇ ਹੈ, ਕਿਉਂਕਿ ਇਹ ਧੀਆਂ ਦਾ ਤਿਉਹਾਰ ਹੈ, ਤੀਆਂ ਦਾ ਤਿਉਹਾਰ, ਧੀਆਂ ਦਾ ਤਿਉਹਾਰ, ਖੁਸ਼ੀਆਂ ਦਾ ਤਿਉਹਾਰ, ਹਰ ਚਿਹਰੇ 'ਤੇ ਮੁਸਕਾਨ ਲੈ ਕੇ ਆਉਣ ਵਾਲਾ ਤਿਉਹਾਰ। ਮੇਰੀਆਂ ਭੈਣਾਂ ਇੰਨੀਆਂ ਸੋਹਣੀਆਂ ਸੋਹਣੀਆਂ ਲੱਗ ਰਹੀਆਂ ਨੇ, ਇਹ ਰੰਗਾਂ ਦਾ ਤਿਉਹਾਰ ਹੈ। ਬਸ ਵੀਰੇ ਸਾਰੇ ਹੱਸਦੇ ਵਾਸਤੇ ਰਹੋ ਹਮੇਸ਼ਾ, ਹਰ ਸਾਲ, ਪਿਛਲੇ ਸਾਲ ਵੀ ਮੈਂ ਇੱਥੇ ਆਈ ਸੀ, ਪਿਛਲੇ ਕਈ ਲਗਾਤਾਰ ਸਾਲਾਂ ਤੋਂ ਮੈਂ ਬਰਨਾਲੇ 'ਚ ਤੀਆਂ ਮਨਾਉਂਦੀ ਆ ਰਹੀ ਹਾਂ, ਇੰਨਾ ਪਿਆਰ ਅਤੇ ਸਨੇਹ ਹਮੇਸ਼ਾ ਭੈਣਾਂ ਵੱਲੋਂ ਮਿਲਦਾ ਹੈ, ਇਹ ਅਗਲੇ ਸਾਲ ਹੋਰ ਦੁੱਗਣਾ ਹੋਵੇ, ਇਹੀ ਦੁਆ ਕਰੂੰਗੀ। ਵੀਰੇ ਅੱਗੇ ਨਾਲੋਂ ਬਹੁਤ ਮੈਨੂੰ ਇਹ ਲੱਗਦਾ ਕਿ ਇਹ ਗੱਲਾਂ ਪਿਛਲੇ ਕੁਛ ਸਾਲਾਂ 'ਚ ਜ਼ਰੂਰ ਸੀ, ਪਰ ਹੁਣ ਹਰ ਮਾਂ 'ਤੇ ਆਪਣੀ ਧੀਆਂ ਨੂੰ ਪੁੱਤਾਂ ਨਾਲੋਂ ਵੀ ਵੱਧ ਸਨੇਹ ਕਰਨ ਲੱਗ ਗਿਆ। ਮੈਂ ਦੋ ਪੁੱਤਾਂ ਦੀ ਮਾਂ, ਪਰ ਜਿਹੜੀ ਧੀ ਦੀ ਕਮੀ ਹੈ ਉਹ ਮੇਰੇ ਅੰਦਰ ਹਮੇਸ਼ਾ ਰਹੂਗੀ।